ਬਚਪਨ ਦਾ ਯਾਰ ਦੁਸ਼ਮਣ ਕਦੋਂ ਬਣ ਗਿਆ ਸ਼ਖਸ ਨੂੰ ਪਤਾ ਹੀ ਨਹੀਂ ਚੱਲਿਆ। ਕੰਧ ਦੇ ਨਾਲ ਲੱਗੇ ਰੁੱਖ ਨੂੰ ਲੈ ਕੇ ਝਗੜਾ ਹੁੰਦਾ ਏ। ਸ਼ਖਸ ਸ਼ਰਾਬ ਪੀ ਕੇ ਆਪਣੇ ਹੀ ਯਾਰ ਦਾ ਗਲਾ ਵੱਢ ਦਿੰਦਾ ਏ। ਤਾਂ ਦੱਸਦੀ ਹੈ ਕਿ ਤੇਜ਼ਧਾਰ ਹਥਿਆਰ ਦੇ ਨਾਲ ਇੱਕ ਦੋਸਤ ਨੇ ਆਪਣੇ ਦੋਸਤ ਦੀ ਜਾਨ ਲੈ ਲਈ ਹੈ। ਬਚਪਨ ਤੋਂ ਲੈ ਕੇ 60 ਸਾਲਾਂ ਦੀ ਉਮਰ ਤੱਕ ਗੁਆਂਢ ਦੇ ਵਿੱਚ ਰਹੇ, ਹਰ ਦੁੱਖ ਸੁੱਖ ਇਕੱਠੇ, ਅੰਤ ਦੇਖੋ ਫਿਰ ਯਾਰੀ ਦਾ ਕਿਵੇਂ ਹੋਇਆ। ਤਾਂ ਖਬਰ ਹੁਸ਼ਿਆਰਪੁਰ ਦੇ ਥਾਣਾ ਚੱਬੇਵਾਲ ਅਧੀਨ ਆਉਂਦੇ ਪਿੰਡ ਲੈਲੀ ਕਲਾਂ ਦੀ ਹੈ, ਜਿੱਥੇ ਬੀਤੀ ਰਾਤ ਪਿੰਡ ਦੇ ਹੀ ਇੱਕ ਨੌਜਵਾਨ ਦੇ ਵੱਲੋਂ ਘਰ ਦੇ ਲਾਗੇ ਰਹਿੰਦੇ ਬਜ਼ੁਰਗ ਗੁਆਂਢੀ ਦਾ ਤੇਜ਼ਧਾਰ ਹਥਿਆਰ ਦੇ ਨਾਲ ਕਤਲ ਕਰ ਦਿੱਤਾ ਗਿਆ। ਤਾਂ ਦੱਸ ਦਈਏ ਕਿ ਇਹ ਬਚਪਨ ਤੋਂ ਹੀ ਬਜ਼ੁਰਗ ਦੇ ਨਾਲ ਖੇਡਦਾ ਉੱਠਦਾ ਬੈਠਦਾ ਸੀ, ਕਾਫੀ ਜ਼ਿਆਦਾ ਪਿਆਰ ਸੀ ਦੋਹਾਂ ਦੇ ਵਿੱਚ, ਪਰ ਬੀਤੇ ਦਿਨਾਂ ਦੇ ਵਿੱਚ ਕੰਧ ਦੇ ਨਾਲ ਲੱਗੇ ਰੁੱਖ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਦੋਵੇਂ ਪਰਿਵਾਰਾਂ 'ਚ। ਤਾਂ ਨੌਜਵਾਨ ਨੇ ਸ਼ਰਾਬ ਪੀਤੀ ਅਤੇ 60 ਸਾਲਾਂ ਦੇ ਬਜ਼ੁਰਗ ਦੀ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਜਾਨ ਲੈ ਲਈ। ਜਾਣਕਾਰੀ ਦਿੰਦਿਆਂ ਦੱਸ ਦਈਏ ਕਿ ਮ੍ਰਿਤਕ ਮਨਜੀਤ ਸਿੰਘ ਦੇ ਭਰਾ ਨੇ ਦੱਸਿਆ ਏ ਕਿ ਬੀਤੀ ਰਾਤ ਉਸਦਾ ਭਰਾ ਘਰੋਂ ਰੋਟੀ ਖਾ ਕੇ ਹਵੇਲੀ 'ਤੇ ਸੌਣ ਲਈ ਗਿਆ, ਤਾਂ ਗੁਆਂਢ ਦੇ ਵਿੱਚ ਰਹਿੰਦੇ ਸੁਖਚੈਨ ਸਿੰਘ ਨਾਮ ਦੇ ਨੌਜਵਾਨ ਦੇ ਵੱਲੋਂ ਦਾਰੂ ਦੇ ਨਸ਼ੇ 'ਚ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਤਾਂ ਬੇਹੱਦ ਮੰਦਭਾਗੀ ਖਬਰ ਹੈ, ਹੁਸ਼ਿਆਰਪੁਰ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਨੌਜਵਾਨ ਦੇ ਵੱਲੋਂ ਗੁਆਂਢ ਵਿੱਚ ਰਹਿੰਦੇ ਆਪਣੇ ਬਜ਼ੁਰਗ ਦਾ ਕਤਲ ਕਰ ਦਿੱਤਾ ਗਿਆ। ਹਾਂ, ਕੰਧ ਦਾ ਦੂਜਾ ਸੀ, ਕਹਿੰਦਾ ਮੈਂ ਉਹਦੇ ਕਰਕੇ ਮਾਰਿਆ, ਹੋਰ ਸਾਡੇ ਨਾਲ ਕੋਈ ਨਾ, ਅਸੀਂ ਗਾਲ ਕੱਢੀ ਨਾ ਉਹਨੂੰ ਗਾਲ ਕੱਢੀ। ਉਹ ਤਾਂ ਅਸੀਂ ਜਿਸਲੇ ਗੁਆਂਢੀਆਂ ਨੇ ਮੁੰਡੇ ਨੂੰ ਦੱਸਿਆ ਵੀ ਚਾਚਾ ਡਿੱਗਿਆ ਪਿਆ ਵੀ ਜਾ ਦੇਖੋ, ਤਾਂ ਉਹ ਉਸਲੇ ਖਤਮ ਹੋਇਆ ਸੀ, ਘਰੋਂ ਰੋਟੀ ਖਾ ਕੇ ਗਿਆ ਉਹ ਆਪ ਜਾ ਕੇ। ਹੁਣ ਜਿੱਦਾਂ ਯਾਰ ਦੋਸਤ ਮੁੰਡਾ ਸਾਡਾ ਗੁਆਂਢੀ ਸੀਗਾ, ਇਹਨੇ ਘੰਟਾ ਡੇਢ ਡੇਢ ਗੱਲਾਂ ਬਾਤਾਂ ਕਰਦੇ ਹਨ, ਰੋਜ਼ ਹੀ ਕਰਦੇ ਸੀਗੇ। ਠੀਕ ਹੈ ਜੀ। ਬਸ ਉਹ ਫਿਰ ਹਾਂ ਜਿਸਲੇ ਉਹ ਘਰ ਨੂੰ ਚਲ ਗਿਆ, ਇਹ ਨਹੀਂ ਪਤਾ ਉਹ ਦਰਵਾਜ਼ਾ ਲਾਉਂਦੇ ਦੇ ਸੱਟਾਂ ਮਾਰੀਆਂ ਕੀ ਮਾਰਿਆ ਕੀ ਕੁਛ ਪਤਾ ਲੱਗਾ? ਦਾਤ ਸੀਗਾ ਜੀ। ਕਿੰਨੇ ਵਾਰ ਕੀਤੇ ਕੁਛ ਪਤਾ ਬਜ਼ੁਰਗ? ਇੱਕ ਉਹਦੇ ਮਗਰ ਸੀਗਾ, ਦੋ ਤਿੰਨ ਇੱਥੇ ਸੀ। ਕੀ ਰੋਲਾ ਕੀ ਸੀਗਾ? ਕਾਰਨ ਕੀ ਬਣਿਆ ਮੇਨ? ਕਾਰਨ ਉਹ ਡੇਕਾਂ ਦਾ ਸੀ ਵੀ ਕੰਧ ਦਾ, ਵੀ ਦੂਜਾ ਹੋਰ ਕਾਰਨ ਸਾਡੀ ਕੋਈ ਵੰਡ ਵਟਾਈਆਂ ਨਹੀਂ ਸੀ ਕੋਈ ਦੂਜੀ ਨਹੀਂ ਸੀ। ਇਹ ਕਿੱਥੋਂ ਦਾ ਰਹਿਣ ਵਾਲਾ ਜਿਹਨੇ ਮਾਰਿਆ? ਇਹ ਵੀ ਲਹਿੜੀ ਕਲਾਂ ਦਾ ਹੀ ਆ। ਫੜ ਲਿਆ ਪੁਲਿਸ ਨੇ ਜੀ? ਹਾਂ, ਫੜ ਲਿਆ। ਇਹ ਗੁਆਂਢੀ ਆ ਜੀ? ਹਾਂ, ਇੱਕ ਘਰ ਛੱਡ ਕੇ ਆ। ਇਹਦੀ ਕਿੰਨੀ ਉਮਰ ਆ? 30 ਸਾਲ ਦੀ ਹੋ। ਕੀ ਨਾਮ ਆ ਜੀ ਮੁੰਡੇ ਦਾ? ਉਦਾਂ ਦਾ ਜੀ ਭੌਂਟਾ ਕਰਕੇ ਸਾਡੇ ਨਾਲ, ਸਾਨੂੰ ਵੀ ਨਹੀਂ ਪਤਾ। ਹੈ ਜੀ, ਸੁਖਚੈਨ ਸਿੰਘ। ਕੀ ਮੰਗ ਕਰਦੇ ਹੋ ਤੁਸੀਂ? ਹੈ ਜੀ, ਮੰਗ ਕੀ ਕਰਦੇ ਪੁਲਿਸ ਪ੍ਰਸ਼ਾਸਨ ਤੋਂ? ਅਸੀਂ ਤਾਂ ਇਹ ਕਹਿੰਦੇ ਵੀ ਇਨਸਾਫ ਮਿਲ ਜਾਵੇ, ਹੋਰ ਅਸੀਂ ਕੀ ਲੈਣਾ ਸੀ? ਤਾਂ ਕਿਹੜਾ ਦੂਜਾ? ਤੁਹਾਡੇ ਭਰਾ ਦੀ ਜਿਹਦੀ ਡੈਥ ਹੋਈ, ਉਹਦੀ ਫੈਮਿਲੀ ਵੀ ਵਗੈਰਾ ਚ ਖਾਣਾ? ਕੋਈ ਨਹੀਂ। ਬਹਿਓ ਨਹੀਂ ਸੀਗਾ? ਨਹੀਂ। ਤੇ ਉਹ ਹਵੇਲੀ ਰਹਿੰਦੇ ਸੀਗੇ ਜੀ? ਉਹ ਹਵੇ ਰੋਟੀ ਖਾ ਕੇ ਹਵੇਲੀ ਆ ਜਾਣਾ ਦੂਜਾ। ਨਾਮ ਕਿਆ ਸੀ? ਮਨਜੀਤ ਸਿੰਘ। ਉਮਰ ਕਿੰਨੀ ਸੀ? 67 ਪੈਣ ਹੋਊਗੀ ਜੀ। ਠੀਕ ਹੈ। ਕਿੰਨੇ ਕੁ ਵਜੇ ਦੀ ਗੱਲ ਕੱਲ੍ਹ ਕੀ? 9:30 ਦੇ ਵਿੱਚ ਦੀ ਗੱਲ ਰਾਤ ਦੀ। ਸਰ, ਇੱਕ ਚੱਬੇਵਾਲ ਦੇ ਪਿੰਡ ਲੈਲੀ ਕਲਾਂ ਤੋਂ ਕਤਲ ਦਾ ਮਾਮਲਾ ਆਇਆ ਜੀ, ਕੀ ਪੂਰਾ ਮੈਟਰ ਹੈ ਤੇ ਕੀ ਹੁਣ ਕਾਰਵਾਈ ਪਦਰ ਕੀਤੀ ਜਾ ਰਹੀ ਹੈ? ਸਾਨੂੰ ਇੱਕ ਲੈਲੀ ਪਿੰਡ ਤੋਂ ਫੋਨ 'ਤੇ ਇਨਫੋਰਮੇਸ਼ਨ ਆਈ ਸੀ ਰਾਤੀ, ਅਤੇ ਉਹਦੇ ਵਿੱਚ ਅਸੀਂ ਮਨਜੀਤ ਸਿੰਘ ਪੁੱਤਰ ਮਹਿੰਗਾ ਸਿੰਘ ਪਿੰਡ ਲੈਲੀ ਕਲਾਂ, ਇਹਨੂੰ ਇਹ ਡੈੱਡ ਬੋਡੀ ਲੈ ਕੇ ਅਤੇ ਅਸੀਂ ਕੱਲ੍ਹ ਸਿਵਲ ਹਸਪਤਾਲ 'ਚ ਜਮ੍ਹਾਂ ਕਰਵਾਈ ਆ। ਇਹਦੇ ਵਿੱਚ ਅਸੀਂ ਇੱਕ ਸੁਖਚੈਨ ਸਿੰਘ ਨਾਂ ਦੇ ਪੋਠਾ, ਇਹਦਾ ਨਾਂ ਆ ਛੋਟਾ ਨਾਮ, ਉਹਨੂੰ ਪੁੱਛਗਿੱਛ ਲਈ ਲਿਆਂਦਾ। ਬਾਕੀ ਤਫਤੀਸ਼ ਚੱਲ ਰਹੀ ਆ, ਜੋ ਵੀ ਇਹਦੇ ਵਿੱਚ ਅੱਗੇ ਆਇਆ ਅਤੇ
ਤੁਹਾਨੂੰ ਦੱਸਿਆ ਜਾਵੇ ਕਾਰਨ ਅਜੇ ਤਫਤੀਸ਼ ਚੱਲ ਰਹੀ ਹੈ ਜੀ। ਕਿਸ ਚੀਜ਼ ਦੇ ਨਾਲ ਇਹ ਉਹਦੀ ਤਫਤੀਸ਼ ਕਰ ਰਹੇ ਵੀ ਜੋ ਵੀ ਉਹਨੇ ਬਰਾਮਦ ਕਰਵਾਇਆ ਅਤੇ ਉਹਦੇ ਬਾਰੇ ਦੱਸ ਰਹੇ ਅਤੇ ਅਜੇ ਤੱਕ ਇਹ ਇਕੱਲਾ ਹੀ ਦੱਸਦਾ ਜੀ।